ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿੰਨੇ ਵੀ ਪੰਜਾਬ ਦੇ MP ਚੁਣੇ ਗਏ ਸੀ 13 ਦੇ 13, ਉਹਨਾਂ ਨੇ ਸਹੁੰ ਚੱਕਣੀ ਸੀ, ਪਰ 12 MPਾਂ ਨੇ ਸਹੁੰ ਚੱਕੀ ਹੈ। ਜਿਹੜਾ 13ਵਾਂ ਉਹ ਸੀ ਸੂਰਮਾ, ਜਿਹੜਾ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਬੰਦ ਹੈ। ਉਹਦਾ ਨਾਂ ਤਾਂ ਅਨਾਊਂਸ ਕੀਤਾ ਗਿਆ ਪਰ ਉਹ ਹਾਜ਼ਰ ਨਹੀਂ ਸੀ। ਮੈਂ ਅੱਜ ਜਿਹੜੀ ਬੇਨਤੀ ਕਰਨੀ ਨਹੀਂ ਥੋੜ੍ਹਾ ਕਰਨੀ ਜਿਹੜਾ ਥੋੜ੍ਹਾ ਜਿਹਾ ਧਿਆਨ ਦੇ ਨਾਲ ਸੁਣਿਓ। ਮੇਰਾ ਕੋਈ ਨਿੱਜੀ ਵਿਰੋਧ ਨਹੀਂ, ਅੰਮ੍ਰਿਤਪਾਲ ਨੂੰ ਲੋਕਾਂ ਨੇ ਖੰਡੂਰ ਸਾਹਿਬ ਤੋਂ ਜਿਤਾਇਆ ਬਹੁਤ ਵੱਡੇ ਮਾਰਜਨ ਦੇ ਨਾਲ। ਉਹ ਸਹੁੰ ਚੱਕੇ, ਉਹਦਾ ਇੱਕ ਕਾਨੂੰਨੀ ਤੌਰ 'ਤੇ ਉਹਨੂੰ ਹੱਕ ਹੈ, ਉਹ ਮਿਲਣਾ ਚਾਹੀਦਾ। ਪਰ ਮੈਂ ਗੱਲਾਂ ਇਹ ਕਰਨੀਆਂ ਨੇ, ਅੱਜ ਕੁਝ ਵਕੀਲ ਸਾਹਮਣੇ ਆਏ ਅਤੇ ਮੀਡੀਆ ਦੇ ਵਿੱਚ ਚਰਚਾਵਾਂ ਛਿੜੀਆਂ ਹੋਈਆਂ ਸੀ ਕਿ ਅੰਮ੍ਰਿਤਪਾਲ ਨੇ ਸਹੁੰ ਕਿਉਂ ਨਹੀਂ ਚੱਕੀ, ਜਾਂ ਪੰਜਾਬ ਸਰਕਾਰ ਰਾਹ ਦੇ ਵਿੱਚ ਰੋੜਾ ਬਣਦੀ ਹੈ। ਇਹ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਰਿਪੋਰਟ ਪੰਜਾਬ ਗੌਰਮੈਂਟ ਨੇ, ਪੰਜਾਬ ਸਰਕਾਰ ਨੇ ਦੇਣੀ ਹੈ, ਉਹਦੇ ਮੁਤਾਬਕ ਹੀ ਅੱਗੇ ਸ਼ੁਰੂਆਤ ਹੋਣੀ ਹੈ ਅਤੇ ਉਹਨੂੰ ਸਹੁੰ ਚੱਕਣ ਵਾਸਤੇ ਇਜਾਜ਼ਤ ਮਿਲਣੀ ਹੈ। ਜੇਲ੍ਹ ਦੇ ਵਿੱਚੋਂ ਬਾਹਰ ਆ ਕੇ ਦਿੱਲੀ ਵਿੱਚ ਜਾ ਕੇ ਸਹੁੰ ਚੁੱਕੀ ਜਾਣੀ ਹੈ। ਪਰ ਕੁਝ ਜਿਹੜੇ ਸਾਡੇ ਪੰਜਾਬ ਦੇ ਵਿੱਚ ਆਪੋ ਬਣੇ ਚੌਧਰੀ ਨੇ, ਉਹਨਾਂ ਦੀਆਂ ਕੁਝ ਮੈਂ ਕਰਤੂਤਾਂ ਤੁਹਾਨੂੰ ਦੱਸਣੀਆਂ ਨੇ। ਇਹ ਉਹ ਲੋਕ ਨੇ, ਇੱਕ ਪਾਸੇ ਤਾਂ ਕਹਿੰਦੇ ਅਸੀਂ ਅਰਾਜਨੀਤਿਕ ਹਾਂ, ਅਸੀਂ ਅਕਲਮੰਦ ਹਾਂ, ਦੂਜੇ ਪਾਸੇ ਇਹ ਰਾਜਨੀਤਿਕ ਹੋਣ ਦੇ ਨਾਂ 'ਤੇ ਕਿਤੇ ਹੇਮਕੁੰਡ ਜਾ ਕੇ ਅਰਦਾਸ ਕਰਦੇ ਨੇ, ਕਿਤੇ ਜਾ ਕੇ ਅਰਦਾਸ ਕਰਦੇ ਨੇ। ਬਹੁਤੇ ਲੋਕਾਂ ਨੇ ਅਰਦਾਸ ਦੇ ਸੰਬੰਧ ਵਿੱਚ ਪੋਸਟਾਂ ਪਾਈਆਂ ਹੋਈਆਂ ਕਿ ਅੱਜ ਤਾਂ ਅਰਦਾਸ ਵੀ ਕੰਮ ਨਹੀਂ ਆਈ। ਮੈਂ ਇੱਕ ਬੇਨਤੀ ਕਰਨੀ ਹੈ, ਅਰਦਾਸ ਦੇ ਵਿੱਚ ਜਿਹੜੇ ਸ਼ਬਦ ਵਰਤੇ ਨੇ ਉਹਨਾਂ ਜੀਵਨ ਜਿਉਣ ਵਾਲੇ ਗੁਰਮਤ ਦੀ ਕਹਿ ਲਈਏ ਫਿਲੋਸਫੀ ਨੂੰ ਮੰਨਣ ਵਾਲਿਆਂ ਨੇ, ਅਰਦਾਸ ਦੇ ਬੋਲਾਂ ਵਿੱਚ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਚਿੱਤ ਆਵੇ, ਚਿੱਤ ਆਵਨ ਕਾ ਸਦਕਾ ਸਰਬ ਸੁੱਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਇਹੋ ਜਿਹੇ ਬੰਦ ਆਉਂਦੇ ਹੈ। ਸਰਬੱਤ ਦੇ ਭਲੇ ਲਈ ਅਰਦਾਸ ਹੈ, ਇਹ 'ਚ ਕੋਈ ਦੋ ਰਾਵਾਂ ਨਹੀਂ। ਅਤੇ ਅੱਗੇ ਜਾ ਕੇ ਇੱਕ ਬੰਦ ਆਉਂਦਾ, ਸਿੱਖਾਂ ਦਾ ਮਾਨੀਮਾ ਮਤ ਉੱਚੀ, ਮਾਦਾ ਰੱਖ ਆਪ ਵਾਹਿਗੁਰੂ। ਹੁਣ ਜਿਹੜੇ ਬੰਦੇ ਇਹ ਸਿੱਖ ਅਖਵਾਉਂਦੇ ਨੇ ਕਿ ਵਾਕਈ ਇਹਨਾਂ ਦਾ ਮਨ ਨੀਮ ਹੈ, ਮਤ ਉੱਚੀ ਹੈ, ਜੇ ਮਨ ਨੀਵਾਂ ਹੁੰਦਾ, ਮਤ ਉੱਚੀ ਹੁੰਦੀ, ਇਹਨਾਂ ਨੇ ਅਰਦਾਸ ਦੇ ਬੋਲਾਂ ਨੂੰ ਸਮਝਿਆ ਹੁੰਦਾ, ਫਿਰ ਗੁਰੂ ਸਾਹਿਬ ਨੂੰ ਪ੍ਰਕਾਸ਼ ਕਰਕੇ ਪਾਲਕੀ ਵਿੱਚ ਇਹ ਥਾਣੇ ਵਿੱਚ ਨਾ ਲੈ ਕੇ ਜਾਂਦੇ ਜਿੱਥੋਂ ਪੰਗਾ ਪਿਆ। ਦੂਜੀ ਗੱਲ ਹੋਰ ਕਹਿਣੀ ਹੈ, ਜੇ ਅੰਮ੍ਰਿਤਪਾਲ ਦਾ ਪਰਿਵਾਰ ਮੰਨਦਾ ਕਿ ਸਾਡਾ ਪੁੱਤ ਪੰਜਾਬ ਲਈ ਕੁਝ ਕਰ ਸਕਦਾ, ਰਾਜਨੀਤੀ ਦੇ ਪਿੜ ਵਿੱਚ ਆ ਗਿਆ, ਜਿੱਤ ਵੀ ਗਿਆ, ਤਾਂ ਅੰਮ੍ਰਿਤਪਾਲ ਦੇ ਪਰਿਵਾਰ ਨੂੰ ਜਾਂ ਉਹਦੇ ਪਿੱਛੇ ਤੁਰਨ ਵਾਲੀਆਂ ਭੇਡਾਂ ਨੂੰ ਇਹ ਮੰਨਣਾ ਪਊ ਕਿ ਸਾਡੇ ਕੋਲੋਂ ਗਲਤੀ ਹੋਈ ਹੈ। ਅਸੀਂ ਕੌਮ ਦੇ ਨਾਂ 'ਤੇ, ਪੰਥ ਦੇ ਨਾਂ 'ਤੇ ਲੋਕਾਂ ਨੂੰ ਬੇਵਕੂਫ ਬਣਾਇਆ। ਜਦੋਂ ਮੁਹਿੰਮ ਚੱਲੀ ਸੀ ਉਦੋਂ ਸ਼ਰੇਆਮ ਕਿਹਾ ਗਿਆ ਕਿ ਮੈਂ ਭਾਰਤ ਦੇ ਸੰਵਿਧਾਨ ਨੂੰ ਮੰਨਦਾ ਨਹੀਂ, ਇਹ ਕਬੂਲ ਕਰਨਾ ਪੈਣਾ ਕਿ ਮੇਰੇ ਕੋਲੋਂ ਗਲਤੀ ਹੋ ਗਈ, ਮੈਂ
ਭਾਰਤ ਦੇ ਸੰਵਿਧਾਨ ਨੂੰ ਚੈਲੇਂਜ ਕੀਤਾ ਸੀ ਅਤੇ ਅੱਜ ਉਹੀ ਚੈਲੇਂਜ ਕਬੂਲ ਕਰਨਾ ਪੈਣਾ ਕਿ ਮੇਰੇ ਕੋਲੋਂ ਗਲਤੀ ਹੋਈ ਅਤੇ ਮੈਨੂੰ ਮਾਫ਼ ਕੀਤਾ ਜਾਵੇ। ਇਹ ਗੱਲ ਹੋਰ ਕਹਿਣੀ ਹੈ, ਭਾਰਤ ਦੀ ਜਿਹੜੀ ਸਰਕਾਰ ਹੈ ਉਹ ਕਦੇ ਨਹੀਂ ਚਾਹੁੰਦੀ ਕਿ ਖਾਲਿਸਤਾਨ ਦੀ ਕੋਈ ਇੱਥੇ ਗੱਲ ਕਰੇ ਜਾਂ ਖਾਲਿਸਤਾਨ ਬਣੇ। ਅਤੇ ਇਹਨਾਂ ਵੱਡੇ ਸੂਰਮਿਆਂ ਨੇ ਵੋਟਾਂ ਲਈਆਂ ਹੀ ਖਾਲਿਸਤਾਨ ਦਾ ਮੁੱਦਾ ਉਠਾ ਕੇ ਹੈ, ਜਾਂ ਇਹ ਕਿਹਾ ਕਿ ਪੰਜਾਬ ਦੇ ਲੋਕ ਗੁਲਾਮ ਨੇ, ਆਜ਼ਾਦੀ ਚਾਹੀਦੀ ਹੈ, ਆਜ਼ਾਦੀ ਸਾਨੂੰ ਤਾਂ ਮਿਲੂ ਜੇ ਕੋਈ ਖਡੂਰ ਸਾਹਿਬ ਤੋਂ ਸਿੱਖ ਕੈਂਡੀਡੇਟ ਜਿੱਤੂਗਾ। ਅੰਮ੍ਰਿਤਪਾਲ ਦਾ ਇਹਨਾਂ ਨੇ ਜਿਹੜਾ ਸੀ ਕਹਿ ਲਈਏ ਉੱਥੇ ਇਹ ਗੱਲਬਾਤ ਕੀਤੀ। ਇਹ ਗੱਲ ਵੀ ਕਬੂਲਣੀ ਪੈਣੀ ਹੈ ਕਿ ਜਿਵੇਂ ਸਰਬਜੀਤ ਨੇ ਕਹਿ ਦਿੱਤਾ ਕਿ ਮੈਂ ਖਾਲਿਸਤਾਨ ਦੇ ਨਾਂ 'ਤੇ ਵੋਟ ਨਹੀਂ ਮੰਗੀ ਜਾਂ ਮੈਂ ਖਾਲਿਸਤਾਨ ਦੀ ਗੱਲ ਨਹੀਂ ਕਰਾਂਗਾ, ਮੈਂ ਡੈਮੋਕਰੇਟ ਬੇ ਦੇ ਨਾਲ ਗੱਲ ਕਰਾਂਗਾ। ਉਹਨੇ ਇਹ ਪਹਿਲੀ ਕਬੂਲ ਕਰ ਲਿਆ, ਅੱਜ ਉਹਨੇ ਸਹੁੰ ਚੱਕ ਵੀ ਲਈ, ਕੋਈ ਸ਼ੱਕ ਨਹੀਂ। ਪਰ ਇਹਨਾਂ ਖੱਜਾਂ ਨੂੰ ਇਹ ਮੰਨਣਾ ਪੈਣਾ ਕਿ ਖਾਲਿਸਤਾਨ ਦੇ ਨਾਂ 'ਤੇ ਜਿਹੜਾ ਅਸੀਂ ਲੋਕਾਂ ਦੇ ਵਿੱਚ ਤਕਰਾਰ ਜਾਂ ਤਕਰਾਰ ਪੈਦਾ ਕਰ ਰਹੇ ਹਾਂ, ਲੋਕਾਂ ਨੂੰ ਉਭਾਰ ਕੇ, ਲੋਕਾਂ ਨੂੰ ਪੁੱਠੇ ਰਸਤੇ 'ਤੇ ਤੋਰ ਕੇ, ਨੌਜਵਾਨਾਂ ਨੂੰ ਗੁੰਮਰਾਹ ਕਰਕੇ, ਇਹ ਸਭ ਕੁਛ ਸਾਨੂੰ ਕਹਿ ਲਈਏ ਆਪਣੀ ਗਲਤੀ ਮੰਨਣੀ ਪੈਣੀ ਹੈ। ਸਿੱਧੇ ਤੌਰ 'ਤੇ ਇਹ ਕਹਿਣਾ ਪੈਣਾ ਕਿ ਮੈਂ ਬੀਬਾ ਪੁੱਤ ਬਣ ਕੇ ਪੰਜਾਬ ਦੇ ਵਿੱਚ ਰਵਾਂਗਾ, ਮੈਂ ਐਮ ਪੀ ਬਣ ਗਿਆ, ਬੀਬਾ ਪੁੱਤ ਬਣ ਕੇ ਮੈਂ ਸੰਵਿਧਾਨ ਨੂੰ ਮੰਨ ਕੇ ਚੱਲਾਂਗਾ, ਮੈਂ ਕੋਈ ਖਾਲਿਸਤਾਨ ਦੀ ਗੱਲ ਨਹੀਂ ਕਰਾਂਗਾ। ਇਹ ਭਾਰਤ ਸਰਕਾਰ ਚਾਹੁੰਦੀ ਹੈ, ਇਹ ਮੰਨਣਾ ਪੈਣਾ। ਰਹੀ ਗੱਲ ਪੰਜਾਬ ਸਰਕਾਰ ਦੀ, ਪੰਜਾਬ ਸਰਕਾਰ ਇਹ ਹਮੇਸ਼ਾ ਹੀ ਸਾਨੂੰ ਮੰਨ ਲੈਣਾ ਚਾਹੀਦਾ, ਜਿਹੜੀ ਪਾਰਟੀ ਸੱਤਾ ਵਿੱਚ ਹੁੰਦੀ ਹੈ ਉਹ ਪਾਰਟੀ ਕਦੇ ਨਹੀਂ ਚਾਹੁੰਦੀ ਕਿ ਅਸੀਂ ਇੱਕ ਵਾਰੀ ਬਣ ਗਏ ਦੁਬਾਰਾ ਅਸੀਂ ਨਾ ਬਣੀਏ। ਜਿਹੜਾ ਇੱਕ ਵਾਰੀ ਸੱਤਾ ਵਿੱਚ ਆ ਗਿਆ ਉਹ ਚਾਹੁੰਦਾ ਹੈ ਕਿ ਮੈਂ ਬਹੁਤ ਲੰਬਾ ਸਮਾਂ ਜਾਣੀ ਕਿ ਲੌਂਗ ਟਾਈਮ ਲਈ ਮੈਂ ਸੱਤਾ ਵਿੱਚ ਰਵਾਂ। ਹੁਣ ਪੰਜਾਬ ਸਰਕਾਰ ਕਿਉਂ ਚਾਹੂਗੀ ਵੀ ਅੰਮ੍ਰਿਤਪਾਲ ਵਰਗੇ ਜਿਹੜੇ ਲੋਕਾਂ ਨੂੰ ਬੇਵਕੂਫ ਬਣਾਉਂਦੇ ਸੀ, ਗੁਰਦੁਆਰਿਆਂ ਵਿੱਚੋਂ ਫਰਨੀਚਰ ਕੱਢ ਕੱਢ ਕੇ ਤੋੜਦੇ ਸੀ ਅਤੇ ਉਹ ਇੱਥੇ ਸੱਤਾ ਵਿੱਚ ਆਉਣ, ਉਹ ਕਿਉਂ ਚਾਹੁਣਗੇ ਬਈ? ਜਾਣੀ ਕਿ ਸਿੱਧੇ ਤੌਰ 'ਤੇ ਜਿੰਨੀਆਂ ਵੀ ਗਲਤੀਆਂ ਨੇ ਉਹ ਅੰਮ੍ਰਿਤਪਾਲ ਤੋਂ ਜਾਂ ਅੰਮ੍ਰਿਤਪਾਲ ਨੂੰ ਉਭਾਰਨ ਵਾਲਿਆਂ ਤੋਂ ਹੋਈਆਂ ਨੇ, ਉਹ ਮੰਨਣੀਆਂ ਪੈਣਗੀਆਂ। ਨਹੀਂ ਤਾਂ ਇੱਕ ਮਹੀਨਾ ਤਕਰੀਬਨ ਬੀਤਣ ਵਾਲਾ ਹੈ, ਇੱਕ ਮਹੀਨਾ ਬਾਕੀ ਹੈ, 60 ਦਿਨਾਂ ਦੇ ਅੰਦਰ ਅੰਦਰ ਐਮ ਪੀ ਬਣ ਕੇ ਇਲੈਕਸ਼ਨ ਤੋਂ ਬਾਅਦ ਸਹੁੰ ਚੁੱਕਣੀ ਪੈਂਦੀ ਹੈ ਅਤੇ ਨਹੀਂ ਜਿਹੜੀ ਮੈਂਬਰਸ਼ਿਪ ਹੈਗੀ ਹੈ ਐਮ ਪੀ ਦੀ ਉਹ ਤਕਰੀਬਨ ਖਤਮ ਹੋ ਜਾਣੀ ਹੈ, ਉਹ ਤੋਂ ਬਾਅਦ ਵਿੱਚ ਕੋਈ ਵੈਲੂ ਨਹੀਂ। ਜਿਹੜੇ ਵੀ ਅੰਮ੍ਰਿਤਪਾਲ ਦੇ ਪਿੱਛੇ ਅੱਜ ਵੀ ਖਾਲਿਸਤਾਨ ਕਰਨ ਵਾਲੇ ਨੇ, ਜਿਹੜੇ ਕਹਿੰਦੇ ਅਸੀਂ ਗੁਲਾਮ ਹਾਂ, ਸਾਨੂੰ ਆਜ਼ਾਦੀ ਚਾਹੀਦੀ, ਉਹਨਾਂ ਨੂੰ ਸਮਝਣ ਦੀ ਲੋੜ ਹੈ। ਇੱਕ ਬੰਦਾ ਪਾਰਲੀਮੈਂਟ ਵਿੱਚ ਜਾ ਕੇ, ਲੋਕ ਸਭਾ ਵਿੱਚ ਜਾ ਕੇ ਪੰਜਾਬ ਦੇ ਮੁੱਦਿਆਂ 'ਤੇ ਕੁਝ ਵੀ ਨਹੀਂ ਕਰ ਸਕਦਾ। ਅਸੀਂ ਰਿਜ਼ਲਟ ਦੇਖ ਚੁੱਕੇ ਹਾਂ, ਸਿਮਰਜੀਤ ਮਾਨ ਤਕਰੀਬਨ 3 ਵਾਰੀ ਐਮ ਪੀ ਬਣ ਗਿਆ ਤਕਰੀਬਨ, ਅਤੇ ਉਹਨੇ ਕੀ ਕਰ ਲਿਆ? ਉਹਨੂੰ ਹਲੇ ਬੋਲਣ ਦੀ ਅਕਲ ਨਹੀਂ ਆਈ, ਕਿਹੋ ਜਿਹੀ ਗਾਲੀ ਗਲੋਚ ਉਹ ਪ੍ਰੈਸ ਕਾਨਫਰੰਸ ਕਰਨ ਵੇਲੇ ਕਰਦਾ ਜਾਂ ਆਪਣੀਆਂ ਪ੍ਰਚਾਰਕ ਫੇਰੀ ਦੌਰਾਨ ਆਪਣੀਆਂ ਸਟੇਜਾਂ 'ਤੇ ਕਰਦਾ। ਇਹ ਲੋਕਾਂ ਨੂੰ ਸਭ ਕੁਝ ਪਤਾ।
ਜੇ ਸਿਮਰਿਤ ਮਾਨ ਨੇ ਇੱਥੇ ਥੋੜ੍ਹਾ ਬਹੁਤਾ ਰਾਜਨੀਤੀ ਦੇ ਪਿੜ ਵਿੱਚ ਆ ਕੇ ਕੁਝ ਨਾ ਕੁਝ ਖੱਟਿਆ ਤਾਂ ਉਹਦੀ ਸ਼ੁਰੂਆਤ ਬੰਦੇ ਮਾਰਨ ਤੋਂ ਹੋਈ ਸੀ ਅਤੇ ਅੰਮ੍ਰਿਤਪਾਲ ਦੀ ਵੀ ਇੱਥੋਂ ਹੋਈ ਹੈ। ਹੁਣ ਅਵਤਾਰ ਸਿੰਘ ਖੰਡੇ ਦੀ ਮਾਨ ਜਿਹੜੇ ਦੋਸ਼ ਲਾਏ ਨੇ ਉਹਨੇ ਸਿੱਧਾ ਕਹਿਤਾ ਕਿ ਮੇਰੇ ਪੁੱਤ ਦਾ ਕਾਤਲ ਅੰਮ੍ਰਿਤਪਾਲ ਹੈ, ਸ਼ਰਮ ਕਹਿਤਾ ਉਹਨੇ। ਅਤੇ ਅੰਮ੍ਰਿਤਪਾਲ ਦੀ ਸ਼ੁਰੂਆਤ ਵੀ ਰਾਜਨੀਤੀ ਦੀ ਇੱਕ ਬੰਦਾ ਮਾਰ ਕੇ ਹੋਈ ਹੈ, ਹਲੇ ਹੋਰ ਪਤਾ ਨਹੀਂ ਕਿੰਨੇ ਕੁ ਮਾਰੇ ਹੋਣਗੇ, ਤਾਂ ਸੱਚ ਆਉਣਾ ਸਾਹਮਣੇ ਬਾਕੀ ਹੈ ਨਾ। ਜਿਹੜੀ ਅੱਜ ਸਹੁੰ ਚੁੱਕਣ ਦੀ ਗੱਲਬਾਤ ਹੋਈ ਹੈ, ਚਰਚਾਵਾਂ ਛਿੜੀਆਂ ਹੋਈਆਂ ਨੇ, ਕਿਸੇ ਨੇ ਕੁਝ ਕਿਹਾ, ਕਿਸੇ ਨੇ ਕੁਝ ਕਿਹਾ, ਪਰ ਮੈਂ ਇੱਕ ਗੱਲ ਸਾਫ਼ ਕਰ ਦਿੰਦਾ, ਮੈਨੂੰ ਪਤਾ ਤੁਸੀਂ ਗਾਲਾਂ ਕੱਢਣੀਆਂ ਹੁੰਦੀਆਂ ਨੇ, ਉਹ ਮੈਂ ਕੁਝ ਨਹੀਂ ਕਹਿਣਾ, ਤੁਹਾਡੀ ਮਰਜ਼ੀ ਹੈ, ਕੱਢੋ ਨਾ ਕੱਢੋ, ਅਸੀਂ ਕਿਸੇ ਦਾ ਮੂੰਹ ਕਿਉਂ ਬੰਦ ਕਰੀਏ, ਅਸੀਂ ਕਿਸੇ ਨੂੰ ਕਿਉਂ ਚੁੱਪ ਕਰਾਈਏ, ਤੁਹਾਡੀ ਜ਼ਬਾਨ ਹੈ, ਜਿੰਨੀ ਮਰਜ਼ੀ ਗੰਦੀ ਕਰੋ ਗਾਲਾਂ ਕੱਢਣ ਵਾਲੇ, ਪਰ ਜੋ ਕੁਝ ਮੈਂ ਕਿਹਾ ਇਹ ਗਲਤੀਆਂ ਮੰਨਣੀਆਂ ਪੈਣਗੀਆਂ। ਜੇ ਐਮ ਪੀ ਬਣ ਕੇ ਲਾਲ ਬੱਤੀ ਵਾਲੀ ਗੱਡੀ ਚਾਹੀਦੀ ਹੈ, ਜੇ ਦਿੱਲੀ ਦੇ ਵਿੱਚ ਵਧੀਆ ਕੋਠੀ ਚਾਹੀਦੀ ਹੈ, ਜੇ 10-15 ਗਨਮੈਨ ਚਾਹੀਦੇ ਨੇ, ਜੇ 2-2.5 ਲੱਖ ਤਨਖਾਹ ਚਾਹੀਦੀ ਹੈ, ਬਾਅਦ ਦੇ ਵਿੱਚ ਪੈਨਸ਼ਨ ਚਾਹੀਦੀ ਹੈ, ਤਾਂ ਜੋ ਕੁਝ ਮੈਂ ਕਿਹਾ ਇਹ ਮੰਨਣਾ ਪੈਣਾ। ਕੋਠੀ, ਪੈਨਸ਼ਨ, ਤਨਖਾਹ, ਗਨਮੈਨ ਤਾਂ ਮਿਲਣਾ ਸਭ ਕੁਝ, ਜੇ ਬੰਦੇ ਦਾ ਪੁੱਤ ਬਣ ਕੇ ਕਹੂਗਾ ਕਿ ਮੈਂ ਭਾਰਤ ਦੇ ਕਾਨੂੰਨ ਨੂੰ ਮੰਨਦਾ, ਮੈਂ ਭਾਰਤ ਦੇ ਸੰਵਿਧਾਨ ਨੂੰ ਮੰਨਦਾ, ਇਹ ਸਭ ਕੁਝ ਪੋਸੀਬਲ ਤਾਂ ਹੋਣਾ। ਨਹੀਂ ਜਿੱਥੇ ਮਰਜ਼ੀ ਰਿੰਗ ਲਿਓ, ਅੰਮ੍ਰਿਤਪਾਲ ਵਰਗੇ ਇੱਥੇ 36 ਆਏ ਨੇ, 36 ਆਉਣਗੇ, ਇੱਥੇ ਕਿਸੇ ਨੇ ਕਿਸੇ ਦੀ ਨਹੀਂ ਸੁਣੀ। ਇਹ ਬੇਨਤੀ ਪ੍ਰਵਾਨ ਕਰਿਓ। ਔਰ ਲਾਸਟ ਵਿੱਚ ਬੇਨਤੀ ਕਰ ਦਿੰਦਾ, ਕਿਉਂਕਿ ਜਿਹੜੀਆਂ ਭੇਡਾਂ ਅੰਮ੍ਰਿਤਪਾਲ ਦੇ ਪਿੱਛੇ ਤੁਰਨ ਵਾਲੀਆਂ ਨੇ, ਉਹਨਾਂ ਨੂੰ ਸਮਝ ਹਜੇ ਵੀ ਨਹੀਂ ਆਈ, ਹਲੇ ਵੀ ਨਹੀਂ ਸਮਝ ਰਹੇ ਵੀ ਅਸੀਂ ਇੱਕ ਬੰਦੇ ਨੂੰ ਬਹੁਤ ਵੱਡੇ ਮਾਰਜਨ ਦੇ ਨਾਲ ਜਿਤਾ ਦਿੱਤਾ, ਫਿਰ ਵੀ ਉਹਦੇ ਜਿੱਤਣ ਦੀ ਕੋਈ ਵੈਲਿਊ ਪੈ ਨਹੀਂ ਰਹੀ। ਇਹ ਹਲੇ ਵੀ ਭੇਡਾਂ ਨੂੰ ਸਮਝ ਨਹੀਂ ਆ ਰਹੀ। ਸਮਝ ਆਓ, ਹਜੇ ਵੀ ਕੁਛ ਨਹੀਂ ਵਿਗੜਿਆ। ਅੱਜ ਲੋਕ ਭੇਡਾਂ ਕਹਿੰਦੇ ਨੇ, ਜੇ ਸਮਝ ਲਓਗੇ, ਮੰਨ ਲਓਗੇ ਕਿ ਅਸੀਂ ਭੇਡਾਂ ਦੇ ਬਾੜੇ ਵਿੱਚ ਖੜ੍ਹੇ ਹਾਂ, ਤਾਂ ਤੁਹਾਨੂੰ ਲੋਕ ਬੰਦੇ ਵੀ ਕਹਿਣਗੇ, ਇਹ 'ਚ ਕੋਈ ਸ਼ੱਕ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।